ਵੀਡੀਓ ਟੀਜੀਟੀ ਜਿਹੜੇ ਮਾਸਟਰ ਕੈਡਰ ਨੇ ਉਹਨਾਂ ਦੇ ਐਸਪੀਰੈਂਟਸ ਲਈ ਹਨ ਜਿਹੜੇ ਉਹ ਗਵਰਨਮੈਂਟ ਜੌਬ ਪੰਜਾਬ ਵਿੱਚ ਲੈਣਾ ਚਾਹੁੰਦੇ ਹਨ ਉਹਦੀਆਂ ਜੋ ਪਿਛਲੀਆਂ ਐਡਵਰਟਾਈਜ਼ਮੈਂਟ ਆਈਆਂ ਹਨ ਖਾਸ ਕਰ 2022 ਦੀ 8/1/2022 ਦੀ ਜੋ ਐਡਵਰਟਾਈਜ਼ਮੈਂਟ ਆਈ ਸੀ ਉਸ ਵਿੱਚੋਂ ਮੈਥ ਦੀਆਂ ਪੋਸਟਾਂ ਦੀ ਇਸ ਵਿੱਚ ਗੱਲ ਕਰਾਂਗਾ ਮੈਥ ਦੀਆਂ ਪੋਸਟਾਂ ਦੇ ਨੰਬਰ ਦੇਖ ਸਕਦੇ ਹੋ ਮੋਟੀਵੇਸ਼ਨ ਲਿਆ ਸਕਦੇ ਹੋ ਇਹ ਦੇਖ ਸਕਦੇ ਹੋ ਮੋਸਟ ਕਾਮਨ ਜਿਹੜੇ ਸਬਜੈਕਟ ਹੈ ਮੈਥ ਉਹਨਾਂ 'ਚ ਆਉਂਦਾ ਹੈ ਇਸ ਦੀ ਪੋਸਟ ਹਰ ਵਾਰੀ ਐਡਵਰਟਾਈਜ਼ ਹੋਏਗੀ ਜਦੋਂ ਵੀ ਟੀਜੀਟੀ ਆਉਂਦੀ ਹੈ ਲਗਭਗ ਹਰ ਵਾਰੀ ਕਹਿ ਸਕਦੇ ਹਾਂ ਨਾ ਪਿੱਛੇ ਕਿਉਂਕਿ 2015 ਵਿੱਚ SST ਦੀਆਂ ਜ਼ਿਆਦਾ ਆਈਆਂ ਸਨ ਸੋ ਇਹ ਮੈਥ ਕਾਮਨ ਵਿਸ਼ਾ ਹੈ SST ਕਾਮਨ ਵਿਸ਼ਾ ਹੈ ਪੰਜਾਬੀ ਇੰਗਲਿਸ਼ ਕਾਮਨ ਵਿਸ਼ਾ ਹੈ ਇਹ ਕਾਮਨ ਵਿਸ਼ੇ ਨੇ ਇਹਨਾਂ ਦੇ ਲਈ ਦੌੜ ਜ਼ਿਆਦਾ ਹੈ ਇਹਨਾਂ ਲਈ ਐਲੀਜੀਬਲ ਬਣੋਗੇ ਤਾਂ ਜ਼ਿਆਦਾ ਬੈਟਰ ਹੈ ਸੋ ਇੱਕ ਤਾਂ ਡਿਵੀਜ਼ਨ ਦੇਖ ਸਕਦੇ ਹੋ ਇਹਦੇ ਵਿੱਚੋਂ ਜਨਰਲ ਹੈ ਆਪਣੀ ਕੈਟਾਗਰੀ ਦੀਜ਼ ਡਿਵੀਜ਼ਨ ਜ਼ਰੂਰ ਦੇਖ ਲਓ ਕਿਉਂਕਿ ਕੰਪੀਟ ਤੁਹਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਤੁਹਾਡਾ ਉਸ ਕੈਟਾਗਰੀ ਨਾਲ ਸੰਬੰਧ ਹੈ ਹੈ ਨਾ ਵੂਮਨ ਰਿਜ਼ਰਵਡ ਇਨ ਰਿਫਰੈਸ਼ ਟੋਟਲ ਫਰੈਸ਼ ਓਕੇ ਬੈਕਲੌਗ ਜਿਹੜੀਆਂ ਪਿੱਛੇ ਪੋਸਟਾਂ ਨਹੀਂ ਸੀ ਮਿਲੇ ਬੰਦੇ ਨਹੀਂ ਸੀ ਮਿਲੇ ਦੇਖੋ SC M&B ਕੈਟਾਗਰੀ ਵਿੱਚ 7 ਲੋਕ ਮਿਲੇ ਹੀ ਨਹੀਂ ਸਨ ਸੋ ਇਹ ਕੈਟਾਗਰੀ ਦੇ ਲੋਕਾਂ ਨੂੰ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਕਿੰਨੇ ਵੀ ਮਾਰਕਸ ਘੱਟ ਹਨ ਤਾਂ ਨੈਚੁਰਲੀ ਹੈ ਸੀਟ ਮਿਲਣ ਦੀ ਆਸ ਜੌਬ ਮਿਲਣ ਦੀ ਆਸ ਕਿੰਨੀ ਜ਼ਿਆਦਾ ਹੈ R&OSC 6 ਜਣੇ ਨਹੀਂ ਸੀ ਮਿਲੇ ਹੈ ਨਾ ਇਹ 6 ਜਣਿਆਂ ਨੂੰ ਫਿਰ ਪਾਇਆ ਗਿਆ ਕਿ ਐਤਕੀ ਮਿਲ ਜਾਣਗੇ ਜੋ ਬੈਕਲੌਗ ਦੇ ਵਿੱਚ ਦੀਆਂ ਸੀਟਾਂ ਪਾਈਆਂ ਗਈਆਂ ਹਨ ਅੱਛਾ ਜਨਰਲ SEM EESM ਇਹ ਜਿਹੜਾ ਹੈ SEM ਜੋ ਐਕਸ ਸਰਵਿਸ ਮੈਨ ਵਿੱਚ ਇੰਟਰੈਕਸ਼ਨ ਹੈ ਇਹ M&B ਦੀ ਐਕਸ ਸਰਵਿਸ ਮੈਨ ਵਿੱਚ ਇਹ ਬੰਦੇ ਮਿਲਦੇ ਹੀ ਨਹੀਂ ਆ ਬਹੁਤ ਘੱਟ ਮਿਲਦੇ ਨੇ ਔਰ R&OESM ਐਕਸ ਸਰਵਿਸ ਮੈਨ 2 ਈਵਨ ਸੋ ਇਹਨਾਂ ਦੇ ਵਿੱਚ ਤੁਹਾਨੂੰ ਫਾਇਦਾ ਲੈਣਾ ਚਾਹੀਦਾ ਹੈ ਮੋਟੀਵੇਟ ਹੋਣਾ ਚਾਹੀਦਾ ਹੈ ਜੇ ਤੁਸੀਂ ਜਨਰਲ ਵਾਲੇ ਹੋ ਜਨਰਲ ਨਾਲ ਕੰਪੀਟ ਕਰੋ ਐਵੇਂ ਨਾ ਨਿੰਦਿਆ ਕਰੀ ਜੋ ਕਿ ਇਹ ਹੈ ਉਹ ਹੈ ਨਾ ਜੋ ਹੈ ਉਹਦੇ ਲਈ ਜੀ ਜਾਨ ਲਾ ਕੇ ਕਰੋ ਜਿਹੜਾ ਮੋਟੀਵੇਸ਼ਨ ਹੈ ਮੈਂ ਸਾਫ਼ ਕਰਦਾ ਦੱਸ ਦਿੰਦਾ ਹਾਂ ਗੱਲ ਕਿ ਇੱਕੋ ਬੰਦਾ ਜਿੱਤਦਾ ਹੈ ਜਿਹੜਾ ਰਾਈਟ ਡਾਇਰੈਕਸ਼ਨ ਵਿੱਚ ਮੋਟੀਵੇਟਡ ਹੈ ਬਸ ਹੋਰ ਕੋਈ ਨਹੀਂ ਨੈਕਸਟ ਹੈ ਅੱਛਾ ਇਹ ਕੈਟਾਗਰੀ ਤੁਸੀਂ ਖੁਦ ਦੇਖ ਲਓ ਮੇਰੇ ਖਿਆਲ 'ਚ ਮੈਂ ਨਹੀਂ ਦੱਸਦਾ ਮੈਂ ਕੈਟਾਗਰੀ ਬੋਲ ਦਿੰਦਾ ਹਾਂ ਜਨਰਲ ਹੈ SC ਹੈ ਪੌਜ਼ ਕਰਕੇ ਦੇਖ ਲਿਓ SC RO & BC ਹੈ ਹੈ ਨਾ ਇਸ ਦੀਆਂ 87 ਹੈ ਜਨਰਲ ਐਕਸ ਸਰਵਿਸਮੈਨ SC RO & MB BC ਐਕਸ ਸਰਵਿਸਮੈਨ ਜਨਰਲ ਸਪੋਰਟਸ SC M&B ਸਪੋਰਟਸ SC R&OR ਸਪੋਰਟਸ ਔਰਥੋਪੈਡਿਕਲੀ ਹੈਂਡੀਕੈਪ ਹੋਣਗੇ ਵਿਜ਼ੂਲੀ ਇੰਪੇਅਰਡ ਹੋਣਗੇ ਹੀਅਰਿੰਗ ਇੰਪੇਅਰਡ ਹੋਗੇ ਸੋ ਇਹ ਸੀਟਸ ਇਹਨਾਂ ਦੀਆਂ ਸੀ ਟੋਟਲ IDMD ਵੀ ਸੀਟਸ ਨੇ ਫਰੀਡਮ ਫਾਈਟਰ ਨੇ ਇਕਨੋਮਿਕਲੀ ਵੀਕਰ ਸੈਕਸ਼ਨ ਦੀਆਂ ਸੀਟਸ ਨੇ ਫਿਰ ਟੋਟਲ ਸੀਟਸ ਹੈ ਨਿਕਲੀਆਂ 874 ਸੀਟਸ ਹੈ ਨਾ ਟੋਟਲ ਇਹ ਬਣਦੀਆਂ ਹੈ ਇਹ ਵਾਲੀਆਂ ਪਾ ਕੇ 912 ਸੀਟਸ ਬਣ ਰਹੀਆਂ ਨੇ ਇਹ ਮੈਥਸ ਲਈ ਪੋਸਟਾਂ ਬਣਦੀਆਂ ਨੇ ਸੋ ਮੇਰੇ ਖਿਆਲ 'ਚ ਜੇ PGT ਲਈ ਲੜਦੇ ਆ ਮੈਥ ਲਈ ਉਹ ਬਹੁਤ ਥੋੜ੍ਹੀਆਂ ਹੁੰਦੀਆਂ ਨੇ 10, 50, 100 ਹੈ ਨਾ 92 ਇਹਦੇ ਕਰੀਬ 100 ਤੋਂ ਘੱਟ ਹੀ ਹੁੰਦੀਆਂ ਨੇ ਸੋ ਯੋਗਤਾ ਦੇਖ ਲਈਏ ਯੋਗਤਾ 'ਤੇ ਵਿਸ਼ਵਾਸ ਰੱਤੀ ਨਹੀਂ ਕਰਨਾ ਇਸ ਗੱਲ ਨੂੰ ਸਮਝ ਰਹਿਣਾ ਇਸ ਲਈ ਵੀਡੀਓ ਪਾ ਰਿਹਾ ਹਾਂ ਇਸ ਗੱਲ ਨੂੰ ਕਿ 55% ਪੰਜਾਬ ਵਿੱਚ ਰਹੀ ਹੈ ਜਿਹੜੀ ਗ੍ਰੈਜੂਏਸ਼ਨ ਵਿੱਚ ਯੋਗਤਾ ਹੈ ਗ੍ਰੈਜੂਏਸ਼ਨ ਪਾਸ 55% ਜੇ ਇਹ ਤੋਂ ਘੱਟ ਹੋ ਤਾਂ ਨਾ ਸੋਚੋ ਜੇ ਹੈ ਤਾਂ ਐਡੀਸ਼ਨਲ ਪੇਪਰ ਨਹੀਂ ਦੇਣੇ ਐਡੀਸ਼ਨਲ ਪੇਪਰ ਨਾਲ ਇੰਪਰੂਵਮੈਂਟ ਨਹੀਂ ਹੁੰਦੀ ਇੱਕ ਗੱਲ ਸਮਝੋ ਇੰਪਰੂਵਮੈਂਟ ਦੇ ਪੇਪਰ ਦੇਣੇ ਹੈ ਇੰਪਰੂਵਮੈਂਟ ਫੋਰ ਐਗਜ਼ਾਮਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਐਤਕੀ ਸਪੈਸ਼ਲ ਚਾਂਸ ਦਿੱਤਾ ਹੈ ਸੋ 25,000 ਰੁਪਈਆ ਵਾਧੂ ਲੈ ਰਹੇ ਨੇ ਔਰ ਤੁਸੀਂ 25,000 ਰੁਪਈਆ ਦੇ ਕੇ VC ਤੋਂ ਔਨਲਾਈਨ ਹੀ ਸਭ ਕੁਛ ਹੋਣਾ ਹੈ ਅਲੱਗ ਤੋਂ ਵੀਡੀਓ ਇਹਦੇ 'ਤੇ ਦਿੱਤਾ ਹੋਇਆ ਹੈ 25,000 ਲਾ ਕੇ ਤੁਸੀਂ ਇੰਪਰੂਵ ਕਰਨਾ ਹੈ ਇੱਕ ਪੇਪਰ ਦਿਓ ਜ਼ਿਆਦਾ ਪੇਪਰ ਦਿਓ ਉਸਦੀ ਐਗਜ਼ਾਮੀਨੇਸ਼ਨ ਫੀਸ ਅਲੱਗ ਤੋਂ ਲੱਗੇਗੀ ਟੋਟਲ 30,000 ਰੁਪਏ ਦਾ ਖਰਚਾ ਹੋਏਗਾ ਜੀ ਜਾਨ ਨਾਲ 55% ਆਪਣੇ ਮਾਰਕਸ ਬਣਾਓ ਮੈਂ ਦੱਸ ਰਿਹਾ ਹਾਂ ਇਸ ਦਾ ਵੀ ਜ਼ਿਆਦਾ ਫਾਇਦਾ ਨਹੀਂ ਹੁੰਦਾ ਸਿਰਫ 55 ਲੈ ਕੇ ਜਾਣੇ ਹਨ ਫਾਇਦਾ ਜਿਸ ਦਾ ਹੋਣਾ ਹੈ ਉਹ ਅਗਲੇ ਟੈਸਟ ਨੇ ਅਲੱਗ ਤੋਂ ਵੀਡੀਓ ਦੱਸਾਂਗਾ ਕਿ ਅਸਲ 'ਚ ਫਾਇਦਾ ਕਿਹੜਾ ਹੈ ਅਸੀਂ ਰੋਂਗ ਸਿਰਫ ਗਲਤ ਜਗ੍ਹਾ ਮਾਰ ਰਹੇ ਹਾਂ ਅਸੀਂ BEd ਦੇ ਮਾਰਕਸਾਂ ਦੇ ਵਿੱਚ ਐਵੇਂ ਆਪਣੇ ਆਪ ਨੂੰ ਖਪਾ ਰਹੇ ਹਾਂ ਜਿਸ ਦਾ ਕੋਈ ਫਾਇਦਾ ਹੀ ਨਹੀਂ ਹੈ ਸੋ 55 ਤੁਸੀਂ ਲੈਣੇ ਹਨ 55 ਜਨਰਲ ਕੈਟਾਗਰੀ ਲਈ ਹੈ 50% ਜਿਹੜੀ ਹੈ ਉਹ ਰਿਜ਼ਰਵ ਕੈਟਾਗਰੀ ਲਈ ਰਿਜ਼ਰਵ ਕੈਟਾਗਰੀ ਕਿਹੜੀਆਂ ਨੇ ਇਸ ਨੂੰ ਮੈਂ ਥੋੜ੍ਹਾ ਜਿਹਾ ਉੜਾ ਦੇਵਾਂ ਤਾਂ ਜੋ ਅੱਛੀ ਤਰ੍ਹਾਂ ਨਾਲ ਪੜ੍ਹਿਆ ਜਾ ਸਕੇ ਇਹ ਰਿਹਾ ਇੱਕ ਹੈ ਸ਼ਡਿਊਲਡ ਕਾਸਟ ਸ਼ਡਿਊਲਡ ਟ੍ਰਾਈਬ OBC ਅਦਰ ਬੈਕਵਰਡ ਕਲਾਸਿਸ ਫਿਜ਼ੀਕਲੀ ਹੈਂਡੀਕੈਪ ਕੈਂਡੀਡੇਟਸ ਇਹ ਨੇ ਇਹਨਾਂ ਲਈ 5% ਦੀ ਛੂਟ ਹੋਏਗੀ ਹੁਣ ਇਹ ਸਮਝ ਲਓ ਕਿ ਜਿਹੜਾ ਗਵਰਨਮੈਂਟ ਨੇ ਕਾਂਗਰਸ ਗਵਰਨਮੈਂਟ ਨੇ ਥੋੜ੍ਹੀ ਦੇਰ ਲਈ ਰਿਲੈਕਸ ਕੀਤਾ ਸੀ ਕਿ ਉਹਨਾਂ ਦੀਆਂ ਇਹ ਪੋਸਟਾਂ ਹੈ
45% 44% कर दिती गई सी। हाँ सो पीरियड ओवर खत्म हो गया है तो ऑटोमैटिकली ही 55 ते 50 हो गया है, इस गल नूं समझ लो। कीता नहीं गया, पिछला ही इदा ही चल रहा है। हाँ सेंटर गवर्नमेंट की 50 ते 45 है, जनरल कैटेगरी की 50 और 45 रिजर्व कैटेगरी की। सो एलिजिबिलिटी घट होने की संभावना घट है, सो मेरे हिसाब से इंप्रूव कर लेना चाहिए है। अडिशनल दे पेपर दे मार्क्स नहीं होंगे, अडिशनल ना क्वालीफाई सिर्फ तुसी करते हो। नंबर एक ये हो गया। 2015 जिहड़ियां पोस्टां निकलियां सी उन्हां विच एलिजिबिलिटी यही 55 ते 50% ही सी। हुण दूसरा की है कि कैंडीडेट ने रिकगनाइज यूनिवर्सिटी तो शुड हैव पास्ड मैथमैटिक्स एज ए सबजैक्ट फॉर 3 ईयर। इस दी बार बार मैं काफ़ी वीडियो बोल बोल के मैं तो मेरे ख्याल थक गया हाँ हूँ तक तो सच्ची, क्योंकि मैथ्स तुसी एज ए इलैक्टिव सब्जेक्ट पढ़िया हुए, तुसी एक साल पढ़िया है मान लो कमर्स विच, मान लो तुसी किसी इंटीग्रेटेड कोर्स विच 2 साल पढ़िया है, मान लो 2.5 साल पढ़िया है, नहीं चलेगा, नहीं चलेगा, बिल्कुल नहीं चलेगा। 3 साल मैथ्स, 3 साल ए 3 ईयर, 100% 3 ईयर। देखो तुसी ये पुछदे हो, कईयां ने पुछया कि जी सेंटर गवर्नमेंट दियां च 2 साल ही होएगा, 3 साल होएगा, ये जिहड़ी एलिजिबिलिटी है बननी किसने है, NCTE ने, नैशनल काउंसिल ऑफ टीचर एजुकेशन। जे इसने बनानी है तो नैचुरली है कि सारे देश के स्कूलों लिए बनेगी, वो मिनिमम बनाती है, मिनिमम मान लो 50 ही बनाई है उसने, 50% है मान लो रखी, पर स्टेट गवर्नमेंट उसनों ऐड कर सकती है, जब पंजाब गवर्नमेंट ने 5% ऐड करके 55% बना ली है ना। सो 3 ईयर का तो पक्का रहेगा, ये कोई शक नहीं है। सो 3 साल तुसी वो ग्रेजुएशन विच सब्जेक्ट जरूर पढ़िया होवे, ग्रेजुएशन विच पढ़िया होएगा तो TGT लिए एलिजिबल हो गए। पोस्ट ग्रेजुएशन की अलग तो वीडियो दिखाई गई हैं। दूसरा है शुड हैव पास्ड BEd फ्रॉम रिकगनाइज यूनिवर्सिटी, ये मेरे ख्याल की होगी सब ने, इंस्टीट्यूशन विद मैथमैटिक्स पैडागोजी ऑफ मैथमैटिक्स किया होवे है ना, एज वन ऑफ द टीचिंग सब्जेक्ट एज पर गाइडलाइन ऑफ यूनिवर्सिटी ग्रांट कमीशन। हाँ एक गल हो सकती है कि PSTET इस तो प्लस इन्हों PSTET भी हाँ चाहिए है, ये एक गल ये है अगे जाके है ना, इतने मैं नहीं दस रहा, PSTET भी होएगा। PSTET जिहड़ा है तुसी नैचुरली है कि ये लोग मैथ की ऑप्शन लैके वो 60 क्वेश्चन सॉल्व करके करेंगे, SST तो रखेंगे नहीं। सो PSTET तुहाडा क्वालीफाई चेक चाहिए है, जनरल कैटेगरी के 90 मार्क्स हैं है ना, तो 5% मार्क्स जनरल कैटेगरी रिजर्व कैटेगरी के कट जाते हैं, लगभग 82 मार्क्स बनते हैं। सो इन गलों का ध्यान रख सकते हैं। जेकर मैथ दियाँ इस बार पोस्टा आदियां ना, जेकर उन्होंने ये कह दिता कि TET इस बार नहीं सी, इस बार सिर्फ सिलैक्शन टैसट से, ये देखो सिलैक्शन टैसट, ये सिलैक्शन टैसट हो गया, और 2015 इन्हों दोनों की कंबाइन लिस्ट बनी। मान लो मैं ये कह रहा हाँ जे मैथ वाला परसन है, तुसी 90 लैके बहुत खुश हो, तो एक शख्स ने 110 लए हुए है, उधरों सिलैक्शन टैसट चो दोनों के ही 145 आ गए है, हाँ 145 भी लेने पैंदे है, ऐतकी मैरिट गई सी मैथ दी नहीं शायद SST दी सी, वो अलग तो दिखा दाँगा, मान लो 145 आ गए, तो टैट विचो ये ज़्यादा है, नैचुरली है कि इन्हों की सिलैक्शन हो जाएगी, ये तो रिजैक्ट ही हो जाएंगे, बाहर ही हो जाएंगे है ना। जेकर ये नहीं हुंदा तां ये हो सकता है, मेरी कोई जिम्मेवारी नहीं, मैं दस रहा हाँ। मैं क्यों कह रहा, मैं लॉजिक क्यों दे रहा, क्योंकि नैशनल एजुकेशन पॉलिसी ने क्या होया है, नैशनल एजुकेशन पॉलिसी 2020 ने क्या होया कि टैट नू वेटेज दिती जावे और डेमोस्ट्रेशन जरूर रखी जावे। थैंक यू। सो ये मैथ दियाँ पोस्टां सन, नंबर ऑफ पोस्ट सी, अगली वीडियो विच साइंस की गल करांगे, मेरे ख्याल अलग अलग तो वीडियो वो लोग देखण तां ठीक है, नहीं अदरवाइज कट्ठियां वीडियो हो जांदियां तुहानूं हैल्प करन लई है। कोई क्वेश्चन होवे इस वीडियो दे रिगार्डिंग, मैथ दे रिगार्डिंग, मैथ जॉब दे रिगार्डिंग पुछ सकदे हो। थैंक यू।